ਗਲੋਬਲ ਪੰਜਾਬ ਟੀਵੀ ਤੇ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ ਹੈ। ਆਮ ਆਦਮੀ ਪਾਰਟੀ ਦੇ ਵਿਰੋਧੀ ਸੁਰ ਰੱਖਣ ਵਾਲੇ ਨੇਤਾ ਜੋਗਿੰਦਰ ਯਾਦਵ ਤੇ ਪ੍ਰਸ਼ਾਂਤ ਭੂਸ਼ਣ ਦੋਨਾਂ ਨੂੰ ਪਾਰਟੀ ਦੇ ਉੱਚ ਅਹੁਦਿਆਂ ਤੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਗਿਆ। ਜੇਕਰ ਪਾਰਟੀ ਦੀ ਇੱਕ ਸੀਨੀਅਰ ਨੇਤਾ ਤੇ ਸਮਾਜ ਸੇਵੀ ਮੇਧਾ ਪਾਟੇਕਰ ਦੀ ਗੱਲ ਕਰੀਏ ਤਾਂ ਮੇਧਾ ਪਾਟੇਕਰ ਨੇ ਵੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਪਾਰਟੀ ਦੇ ਲੋਕਪਾਲ ਦੇ ਅਹੁਦੇ ਦੇ ਬਿਰਾਜਮਾਨ ਰਾਮਦਾਸ ਉਹਨਾਂ ਦੀ ਵੀ ਅਹੁਦੇ ਤੋਂ ਛੁੱਟੀ ਹੋ ਗਈ ਹੈ ਅਤੇ ਉਹਨਾਂ ਦੀ ਥਾਂ 'ਤੇ 3 ਮੈਂਬਰੀ ਕਮੇਟੀ ਬਣਾ ਦਿੱਤੀ ਹੈ। ਇਹਨਾਂ ਸਾਰੇ ਮੁੱਦਿਆਂ 'ਤੇ ਸਾਡੇ ਨਾਲ ਗੱਲਬਾਤ ਕਰਨ ਲਈ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਸਾ ਹਰਜੀਤ ਸਿੰਘ ਗਰੇਵਾਲ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਪ੍ਰੋਫੈਸਰ ਮਨਜੀਤ ਸਿੰਘ ਅਤੇ ਚੰਡੀਗੜ੍ਹ ਦੇ ਸੀਨੀਅਰ ਪੱਤਰਕਾਰ ਸਰ ਸ਼ਾਮ ਸਿੰਘ, ਮੈਂ ਤਿੰਨਾਂ ਨੂੰ ਪੈਨਲ ਤੋਂ ਜੀ ਐਂ ਆਖਦਾ। ਪ੍ਰੋਫੈਸਰ ਮਨਜੀਤ ਸਿੰਘ ਜੀ, ਗੱਲਬਾਤ ਦਾ ਸਿਲਸਿਲਾ ਮੈਂ ਤੁਹਾਡੇ ਨਾਲ ਸ਼ੁਰੂ ਕਰਦਾ। ਇਹੋ ਜਿਹੀ ਕਿਹੜੀ ਨੌਬਤ ਆ ਗਈ ਹੈ ਕਿ ਇਹਨਾਂ ਦੋਨਾਂ ਸੀਨੀਅਰ ਆਗੂਆਂ ਨੂੰ ਪਾਰਟੀ ਦੇ ਉੱਚ ਅਹੁਦਿਆਂ ਤੋਂ ਬਾਹਰ ਦਾ ਰਾਹ ਦਿਖਾਉਣਾ ਪਿਆ? ਮੈਨੂੰ ਲੱਗਦਾ ਅਸਲੀ ਲੜਾਈ ਜਿਹੜੀ ਪਾਰਟੀ ਦੇ ਅੰਦਰ ਬੜੀ ਦੇਰ ਦੀ ਮੀਤੀ ਮੀ ਗਤੀ 'ਚ ਚੱਲ ਰਹੀ ਸੀ, ਜਿਹੜੀ ਹੁਣ ਅੱਗੇ ਨਾਲੋਂ ਖੁੱਲ੍ਹ ਕੇ ਸਾਹਮਣੇ ਸਾਰੇ ਲੋਕਾਂ ਦੇ ਆਈ ਹੈ ਜੀ, ਕਿ ਪਾਰਟੀ ਇੱਕ ਅਸੂਲਾਂ ਲਈ ਬਣਾਈ ਗਈ ਸੀ ਜੀ, ਕਿ ਜਿੱਥੇ ਜਿਹਦਾ ਨਾਂ ਹੀ ਆਮ ਆਦਮੀ ਪਾਰਟੀ ਹੈ ਅਤੇ ਆਮ ਆਦਮੀ ਸੈਂਟ੍ਰਿਕ ਪਾਰਟੀ ਹੋਊਗੀ, ਨਾ ਕਿ ਇਹ ਜਿਸ ਤਰ੍ਹਾਂ ਕੋਈ ਟੌਪ ਬੌਸ ਸੈਂਟ੍ਰਿਕ ਹੋਊਗੀ। ਹੋਇਆ ਕੀ ਕਿ ਹੌਲੀ 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 ਖਿਸਕਦੀ ਗੱਲ ਇਸ ਤਰ੍ਹਾਂ ਹੋ ਗਈ ਕਿ ਦੂਜੀਆਂ ਪਾਰਟੀਆਂ ਵਾਂਗੂ ਇੱਕ ਆਦਮੀ ਦੀ ਪਰਸਨੈਲਿਟੀ ਇੰਨੀ ਬਣ ਗਈ ਕਿ ਹੁਣ ਜਿਹਦੇ ਹਾਲਾਤ ਇੰਝ ਬਣ ਗਏ ਕਿ ਉਹਦੇ ਬਗੈਰ ਐਂ ਲੱਗਦਾ ਸੀ ਜਿਵੇਂ ਪਾਰਟੀ ਨਹੀਂ, ਅਤੇ ਲੱਗਣ ਲੱਗ ਗਿਆ ਕਿ ਜਿਵੇਂ ਇਹ ਆਮ ਆਦਮੀ ਪਾਰਟੀ ਨਾ ਕੇਜਰੀਵਾਲ ਪਾਰਟੀ ਹੋਵੇ। ਓਕੇ, ਉਹਦਾ ਦੇਖੋ ਸਬੂਤ, ਮੈਂ ਸਬੂਤ ਦੇ ਤੌਰ 'ਤੇ ਇਹ ਕਹਿੰਦਾ ਹਾਂ ਕਿ ਜਿਵੇਂ ਝੰਡੇ ਦੇ ਵਿੱਚ ਕੇਜਰੀਵਾਲ ਦੀ ਫੋਟੋ, ਟੋਪੀ ਦੇ ਉੱਤੇ ਕੇਜਰੀਵਾਲ ਦੀ ਫੋਟੋ, ਹਰ ਬੈਨਰ 'ਤੇ ਕੇਜਰੀਵਾਲ ਦੀ ਫੋਟੋ, ਜਿਹੜਾ ਇਸ ਪਾਸੇ ਨੂੰ ਇਹ ਬਹੁਤ ਪਹਿਲਾਂ ਹੀ ਪਾਰਟੀ ਨੂੰ ਪਾਰਟੀ ਦਾ ਜਿਹੜਾ ਅੱਗੇ ਰੱਖਣਾ ਚਾਹੀਦਾ ਸੀ ਏਜੰਡਾ, ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਇਸ ਕਿਸਮ ਨਾਲ ਕੇਜਰੀਵਾਲ ਸੈਂਟ੍ਰਿਕ ਜ਼ਿਆਦਾ ਪਾਰਟੀ ਹੋਣ ਕਰਕੇ ਹਲਾਤ ਇਹ ਬਣ ਗਏ ਕਿ ਜਦੋਂ ਵੀ ਕੋਈ ਥੋੜ੍ਹਾ ਬਹੁਤ ਉੱਥੇ ਡਿਸੈਂਟ ਜਾਂ ਕੋਈ ਰਾਏ ਵੀ ਦੇਣੀ ਚਾਹੁੰਦਾ, ਡਿਸੈਂਟ ਦਾ ਮਤਲਬ ਕੋਈ ਰਾਏ ਦੇਣੀ ਚਾਹੁੰਦਾ, ਵੱਖਰੀ ਰਾਏ ਦੇਣੀ ਚਾਹੁੰਦਾ, ਜਦ ਕਿ ਜੋ ਕਿ ਹੋਣੀ ਚਾਹੀਦੀ ਆ, ਉਹ ਕੋਈ ਬਹੁਤ ਹੈਲਦੀ ਗੱਲ ਹੈ, ਸਾਰੀ ਪਾਰਟੀਆਂ 'ਚ ਹੋਣੀ ਚਾਹੁੰਦੀ ਆ, ਹੋਣੀ ਚਾਹੀਦੀ ਆ ਔਰ ਹੁੰਦੀ ਵੀ ਹੈ, ਔਰ ਉਹ ਪਾਰਟੀ ਦੀ ਰਾਏ ਮੰਨਣੀ ਨਾ ਮੰਨਣੀ ਅੰਦਰੂਨੀ ਜਿਹੜੀ ਸਾਰੀ ਬਹਿਸ ਦੇ ਵਿੱਚ ਉਹ ਜਿਹੜੇ ਬੇਸਿਕ ਪ੍ਰਿੰਸੀਪਲ ਆ ਪਾਰਟੀ ਦੇ ਜਿਹਦੇ ਕਰਕੇ ਆ, ਜਿਵੇਂ ਕਿ ਡੈਮੋਕ੍ਰੇਸੀ ਹੋਊਗੀ, ਐਂਟੀ ਕਰਪਸ਼ਨ ਹੋਊਗੀ, ਥੱਲੇ ਕੇਡਰ ਸੈਂਟ੍ਰਿਕ ਹੋਊਗੀ, ਕੇਡਰ ਤੋਂ ਕੇਡਰ ਦੀ ਰਾਏ ਨਾਲ ਪਾਰਟੀ ਚੱਲੂਗੀ, ਇਸ ਕਿਸਮ ਦੀਆਂ ਜਿਹੜੀਆਂ ਮੁੱਢਲੀਆਂ ਉਹਦੀਆਂ ਕਦਰਾਂ ਕੀਮਤਾਂ ਸੀ ਜਿਹਦੇ 'ਤੇ ਪਾਰਟੀ ਫਾਊਂਡ ਹੋਈ ਸੀ, ਉਹਨੂੰ ਮੱਦੇ ਨਜ਼ਰ ਰੱਖਦੇ ਕੋਈ ਬੰਦਾ ਗਲਤ ਹੋ ਸਕਦਾ, ਕੋਈ ਬੰਦਾ ਠੀਕ ਹੋ ਸਕਦਾ, ਉੱਥੇ ਫੈਸਲਾ ਹੋ ਸਕਦਾ, ਪਰ ਮੈਨੂੰ ਇਹ ਲੱਗਦਾ ਕਿ ਜਿਸ ਢੰਗ ਨਾਲ ਇਹ, ਮੈਂ ਤੁਹਾਡੇ ਨਾਲ ਇਹ ਗੱਲ ਦੁੱਖ ਨਾਲ ਬੜਾ ਸ਼ੇਅਰ ਕਰ ਰਿਹਾ ਕਿ ਇੰਨੀਆਂ ਉਮੀਦਾਂ ਲੱਖਾਂ ਲੋਕਾਂ ਨੇ, ਜਿਹਦੇ ਵਿੱਚ ਅਸੀਂ ਵੀ ਹੈ, ਅਸੀਂ ਆਪਣਾ ਟਾਈਮ ਰਿਸੋਰਸਿਸ ਸਾਰਾ ਕੁਝ ਲੱਖਾਂ ਲੋਕਾਂ ਨੇ ਲਾਇਆ, ਉਸ ਦੇ ਨਾਲ ਉਹਨੂੰ ਇਹ ਬੜਾ ਹੀ ਧੱਕਾ ਲੱਗਾ ਅਤੇ ਬੜੇ ਦੁੱਖ ਨਾਲ ਕਹਿਣਾ ਚਾਹੀਦਾ ਕਿ ਉਹ ਜਿਹੜੇ ਸਭ ਤੋਂ ਵਧੀਆ ਉਹਨਾਂ ਦੇ ਲੀਡਰ ਜੋਗਿੰਦਰ ਯਾਦਵ, ਜਿਨ੍ਹਾਂ ਨੇ ਆਪਣੀ ਖੂਨ ਪਸੀਨੇ ਨਾਲ ਇਹ ਪਾਰਟੀ ਨੂੰ ਸਿੰਜਿਆ, ਪ੍ਰਸ਼ਾਂਤ ਭੂਸ਼ਣ, ਹਾਂ, ਜਿਨ੍ਹਾਂ ਨੇ ਸ਼ੁਰੂ 'ਚ ਉਹਨਾਂ ਦੇ ਫਾਦਰ ਨੇ 1 ਕਰੋੜ ਰੁਪਈਆ ਪਾਰਟੀ ਨੂੰ ਫੰਡ ਦਿੱਤਾ ਸੀਗਾ, ਫੰਡ ਦੀ ਗੱਲ ਨਹੀਂ ਹੈ, ਇੱਕ ਜੈਸਚਰ ਆ ਕਿ ਅਸੀਂ ਉਹਨਾਂ ਲਈ ਇਸ ਪਾਰਟੀ ਨੂੰ, ਇਸ ਲਹਿਰ ਨੂੰ ਚਲਾਉਣਾ ਆ, ਉਹਨਾਂ ਬਾਨੀਆਂ ਨੂੰ ਇਸ ਢੰਗ ਨਾਲ ਬਾਹਰ ਕੀਤਾ ਜਾਏ, ਇੱਕ ਬੜੀ ਅਫਸੋਸ ਦੀ ਗੱਲ ਹੈ। ਓਕੇ ਓਕੇ, ਖਾਸ ਤੌਰ 'ਤੇ ਜਦੋਂ ਪ੍ਰੋਫੈਸਰ ਮਨਜੀਤ ਸਿੰਘ ਜੀ, ਜਦੋਂ ਉਹਨਾਂ ਲੋਕਾਂ ਦੀ ਆਪਾਂ ਗੱਲ ਕਰਦੇ ਹਾਂ ਜਿੱਦਾਂ ਯਾਦਵ ਜਾਂ ਭੂਸ਼ਣ ਦੀ ਗੱਲ ਕਰਦੇ ਹਾਂ, ਇਹ ਉਹ ਲੋਕ ਹੈ ਜਿਹੜੇ ਪਾਰਟੀ ਨੂੰ ਖੜ੍ਹਾ ਕਰਨ ਵਾਲੇ, ਅਗਰ ਪਾਰਟੀ ਨੂੰ ਖੜ੍ਹਾ ਕਰਨ ਵਾਲੇ ਆਗੂਆਂ ਨਾਲ ਹੀ ਇਹੋ ਜਿਹਾ ਵਰਤਾਰਾ ਹੋਏਗਾ ਤਾਂ ਫਿਰ ਪਾਰਟੀ ਦੇ ਅੰਦਰ ਡੈਮੋਕ੍ਰੇਟਿਕ ਸਿਸਟਮ ਤਾਂ ਬਿਲਕੁਲ ਹੀ ਨੋ ਕਰ ਦਿੱਤੀ ਗਈ। ਮੈਂ ਥੋੜ੍ਹੀ ਜਿਹਾ ਇੱਥੇ ਹੀ ਐਡ ਕਰਨਾ ਚਾਹੁੰਦਾ, ਹੁਣ ਪ੍ਰਸ਼ਾਂਤ ਭੂਸ਼ਣ ਬਾਰੇ ਕੌਣ ਦੁਨੀਆ 'ਚ ਨਹੀਂ ਜਾਣਦਾ ਕਿ ਉਹ ਕਿਹੋ ਜਿਹਾ ਵਕੀਲ ਆ, ਉਹਨਾਂ ਦਾ ਕਿਰਦਾਰ ਕੀ ਹੈ, ਕੋਲ ਸਕੈਮ ਦੇ ਵਿੱਚ ਪ੍ਰਾਈਮ ਮਿਨਿਸਟਰ ਤੱਕ ਜਿਹੜਾ ਕੋਰਟ ਦੇ ਵਿੱਚ ਲਿਆ ਕੇ ਪੇਸ਼ ਕਰ ਦੇਣਾ ਇਹਨਾਂ ਲੋਕਾਂ ਦਾ। ਐਗਜੈਕਟਲੀ, ਪ੍ਰਸ਼ਾਂਤ ਭੂਸ਼ਣ ਸੀ ਜਿਹਦਾ ਅਹਿਮ ਰੋਲ ਜਿਹਾ। ਗਰੇਵਾਲ ਸਾਹਿਬ, ਜਦੋਂ ਆਮ ਆਦਮੀ ਪਾਰਟੀ 'ਚ ਇਸ ਤਰ੍ਹਾਂ ਦਾ ਕਮਸਾਨ ਮਚਿਆ, ਉਹਨੂੰ ਸੀਨੀਅਰ ਆਗੂਆਂ ਨੂੰ ਪਾਰਟੀ ਦੇ ਟੌਪ ਦੀਆਂ ਪੋਜੀਸ਼ਨਾਂ ਤੋਂ ਪਾਸੇ ਕੀਤਾ ਜਾ ਰਿਹਾ, ਦੇਸ਼ ਦੇ ਲੋਕਾਂ ਨੂੰ ਜਿੱਦਾਂ ਪ੍ਰੋਫੈਸਰ ਮਨਜੀਤ ਸਿੰਘ ਨੇ ਕਿਹਾ ਕਿ ਇੱਕ ਬੜੀ ਅਮੀਰ ਸੀ ਕਿ ਇੱਕ ਆਸ ਦੀ ਕਿਰਨ ਦੇਸ਼ ਦੇ ਲੋਕਾਂ ਦੇ ਲਈ ਜਿਹੜੀ ਬਣ ਕੇ ਆਮ ਆਦਮੀ ਪਾਰਟੀ ਉੱਭਰੀ ਹੈ, ਜੋ ਹੁਣ ਕਮਸਾਨ ਮਚਿਆ, ਜੋ ਪਾਰਟੀ ਦੇ ਅੰਦਰ ਹਾਲਾਤ ਹੈ, ਤੁਸੀਂ ਕਿੱਦਾਂ ਦੇਖਦੇ ਹੋ? ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਸ਼ੁਰੂ ਗੱਲ ਕਰਦਾ ਅੰਨਾ ਹਜ਼ਾਰੇ ਜੀ ਤੋਂ ਜੀ। ਪਹਿਲਾਂ ਕਰਪਸ਼ਨ ਕੋਈ ਮੁੱਦਾ ਨਹੀਂ ਸੀ ਰਹਿ ਗਿਆ, ਹਾਲਾਂਕਿ ਕਰਪਸ਼ਨ ਬਹੁਤ ਸੀ ਜੀ ਦੇਸ਼ ਦੇ ਅੰਦਰ, ਅੰਨਾ ਹਜ਼ਾਰੇ ਜੀ ਦੀ ਐਜੀਟੇਸ਼ਨ ਆਈ ਜੀ, ਉਹਦੇ ਨਾਲ ਕਰਪਸ਼ਨ ਇੱਕ ਮੁੱਦਾ ਬਣ ਗਿਆ ਬਿਲਕੁਲ। ਉਸ ਤੋਂ ਬਾਅਦ ਇਹ ਜਿਹੜੀ ਆਮ ਆਦਮੀ ਪਾਰਟੀ ਆਈ ਜੀ, ਲੋਕਾਂ ਨੂੰ ਇੱਕ ਉਮੀਦ ਬਣੀ ਕਿ ਡੈਮੋਕ੍ਰੇਸੀ 'ਚ ਇੱਕ ਨਵਾਂ ਅਧਿਆਇ ਸ਼ੁਰੂ ਹੋ ਗਿਆ, ਚੈਪਟਰ ਨਵਾਂ ਸ਼ੁਰੂ ਹੋਇਆ, ਔਰ ਉਹ ਜਿਸ ਸ਼ਾਂਤੀ ਭੂਸ਼ਣ ਜੀ ਜਿਹੜੇ ਉਹਦੇ 'ਚ ਹੈਗੇ ਨੇ ਅਤੇ ਪ੍ਰੋਫੈਸਰ ਅਨੰਤ ਕੁਮਾਰ, ਇਹਨਾਂ ਨੂੰ ਪਾਰਟੀ 'ਚੋਂ ਅਲੱਗ ਥਲੱਗ ਕਰਨਾ ਗਿਆ ਜੀ, ਕੀਤਾ ਗਿਆ,
ਉਹ ਬੇਸਿਕਲੀ ਜੈਪ੍ਰਕਾਸ਼ ਨਾਰਾਇਣ ਦੇ ਵੀ ਸਾਥੀ ਨੇ ਔਰ ਉਹਨਾਂ ਨੇ ਸੰਘਰਸ਼ ਕੀਤਾ ਹੋਇਆ, ਅਸੀਂ ਉਸ ਚੀਜ਼ ਨੂੰ ਮੰਨਦੇ ਹਾਂ ਜੀ। ਔਰ ਉਸ ਵੇਲੇ ਵੀ ਜਦੋਂ ਐਮਰਜੈਂਸੀ ਲੱਗੀ ਉਦੋਂ ਵੀ ਉਹਨਾਂ ਨੇ ਬਹੁਤ ਸਟਰਗਲ ਕੀਤੀ ਹੈ ਜੀ ਜੀ। ਔਰ ਫਿਰ ਆਮ ਆਦਮੀ ਪਾਰਟੀ ਬਣਾਉਣ 'ਚ ਵੀ ਬਹੁਤ ਬੜਾ ਯੋਗਦਾਨ ਹੈ ਇਹਨਾਂ ਲੋਕਾਂ ਦਾ, ਵੈਸੇ ਉਹ ਪਾਰਟੀ ਦਾ ਅੰਦਰੂਨੀ ਮਾਮਲਾ। ਪਰ ਅਸੀਂ ਇੱਕ ਚੀਜ਼ ਕਹਾਂਗੇ ਕਿ ਲੋਕਾਂ ਦੀ ਉਮੀਦਾਂ ਨੂੰ ਠੇਸ ਲੱਗ ਰਹੀ ਹੈ ਇਸ ਗੱਲ ਦੇ ਨਾਲ ਜਿਸ ਤਰ੍ਹਾਂ ਦਾ ਆਮ ਆਦਮੀ ਪਾਰਟੀ 'ਚ ਹੁਣ ਘਟਨਾਕ੍ਰਮ ਹੋਇਆ। ਓਕੇ। ਔਰ ਉਹ ਸਾਡਾ ਇਹ ਮੰਨਣਾ ਕਿ ਇਹ ਇੱਕ ਦੇਸ਼ ਦੀ ਡੈਮੋਕ੍ਰੇਸੀ ਲਈ ਵੀ ਅੱਛੀ ਚੀਜ਼ ਨਹੀਂ ਹੈ। ਔਰ ਮੈਂ ਇਹ ਸਮਝਦਾ ਕਿ ਆਮ ਆਦਮੀ ਪਾਰਟੀ ਜਿਹੜੀ ਲੋਕਪਾਲ ਦੇ ਮੁੱਦੇ ਨੂੰ ਲੈ ਕੇ ਹੀ ਬਣੀ ਸੀ ਔਰ ਸੰਘਰਸ਼ ਕਰ ਰਹੀ ਸੀ, ਉਸੇ ਲੋਕਪਾਲ ਨੂੰ ਉਹਨਾਂ ਨੇ ਆਪਣਾ ਹੀ ਲੋਕਪਾਲ ਅਲੱਗ ਥਲੱਗ ਕਰਤਾ। ਗਰੇਵਾਲ ਸਾਹਿਬ, ਜਿੱਦਾਂ ਤੁਹਾਡੇ ਸੈਂਟੀਮੈਂਟਸ ਹੈਗੇ ਇਸ ਮੁੱਦੇ ਉੱਤੇ, ਸ਼ਾਮ ਸਿੰਘ ਜੀ, ਤੁਸੀਂ ਕਿਵੇਂ ਦੇਖਦੇ ਹੋ ਜਰਨਲਿਸਟ ਦੇ ਤੌਰ 'ਤੇ ਕਿ ਜੋ ਇਹ ਸਾਰਾ ਘਟਨਾਕ੍ਰਮ ਵਾਪਰਿਆ? ਜੇ ਆਪਾਂ ਪਾਰਟੀਆਂ ਦੀ ਤੌਰ ਦਾ ਵਿਸ਼ਲੇਸ਼ਣ ਕਰੀਏ ਜੀ ਜੀ, ਪ੍ਰੋਫੈਸਰ ਮਨਜੀਤ ਸਿੰਘ ਦਾ ਮੈਨੂੰ ਸੱਚ ਬੋਲਣਾ ਬੜਾ ਅੱਛਾ ਲੱਗਾ, ਕਿਉਂਕਿ ਇਹਨਾਂ ਦੀ ਉਸ ਪਾਰਟੀ ਨਾਲ ਹਮਦਰਦੀ ਆ, ਉਹਦੇ ਵਿੱਚ ਕੰਮ ਵੀ ਕਰਦੇ ਨੇ ਵਗੈਰਾ ਵਗੈਰਾ ਜੀ। ਇਹਨਾਂ ਦਾ ਇਹ ਸੱਚ ਬੋਲਣਾ ਬਹੁਤ ਵਧੀਆ ਗੱਲ ਹੈ। ਤੁਸੀਂ ਇਹ ਗੱਲ ਦੇਖੋ ਵੀ ਜਿਹੜੀ ਪਾਰਟੀ ਇੱਕ ਨਵੀਂ ਸੋਚ ਲੈ ਕੇ ਆਈ ਸੀ, ਇੱਕ ਸਿਸਟਮ ਨੂੰ ਬਦਲਣ ਆਈ ਸੀ, ਰਾਜਨੀਤੀ ਕਰਨ ਨਹੀਂ ਸੀ ਆਈ, ਦੂਜੀਆਂ ਪਾਰਟੀਆਂ ਨੂੰ ਇਹ ਚੈਲੇਂਜ ਕਰਨ ਆਈ ਸੀ ਵੀ ਅਸੀਂ ਇੱਕ ਨਵਾਂ ਢਾਂਚਾ ਖੜਾ ਕਰਨਾ, ਨਵਾਂ ਸਿਸਟਮ ਬਣਾਉਣਾ। ਇਹ ਚੀਜ਼ਾਂ ਉਹਨਾਂ ਨੇ ਸੁਪਨੇ ਲਟਕਾਏ ਸੀਗੇ, ਉਮੀਦਾਂ ਬੰਨੀਆਂ ਸਨ ਲੋਕਾਂ ਅੱਗੇ, ਲੇਕਿਨ ਉਹਨਾਂ ਦੇ ਆਪਸ ਵਿੱਚ ਹੀ ਫੁੱਟ ਪੈ ਗਈ। ਤੁਸੀਂ ਦੇਖੋ ਕਿਸੇ ਵੇਲੇ ਲੋਕ ਕਾਂਗਰਸ ਮਗਰ ਤੁਰੇ ਸਨ ਆਜ਼ਾਦੀ ਵੇਲੇ, ਲੱਕ ਬੰਨ ਕੇ ਤੁਰ ਪਏ, ਕਿਸੇ ਨੇ ਨਹੀਂ ਦੇਖਿਆ ਜਾਨਾਂ ਤੱਕ ਬਾਰਿਸ਼ ਛੱਟੀ, ਆਪਣੀਆਂ ਜ਼ਮੀਨਾਂ ਕੁਰ ਕਰਵਾ ਲਈਆਂ, ਜਾਇਦਾਦਾਂ ਕੁਰ ਕਰਵਾ ਲਈਆਂ। ਨੰਬਰ 2, 1977 ਵੇਲੇ ਜੈਪ੍ਰਕਾਸ਼ ਨਾਰਾਇਣ ਜੀ ਨੇ ਸਾਰੇ ਦੇਸ਼ ਨੂੰ ਹਿਲਾ ਕੇ ਰੱਖਦਾ ਸੀ, ਇਹ ਨਹੀਂ ਮਈ ਉਹ ਤੋਂ ਅੱਗੇ ਆ ਜਾਓ। ਕਾਮਰੇਡ ਆਏ, ਕਾਮਰੇਡਾਂ ਨੇ 3-4 ਸਟੇਟਾਂ 'ਚ, ਉਹਨਾਂ ਨੇ ਵੀ ਨਵੀਂ ਸੋਚ ਨਾਲ ਆਏ ਸੀਗੇ, ਸਮਾਜ ਬਦਲਣ ਆਏ ਸੀਗੇ। ਉਹਨਾਂ ਨੇ ਨਵੀਂ ਸੋਚ ਨਾਲ 3-4 ਰਾਜਾਂ 'ਚ ਭਾਈਵਾਲੀ ਸਰਕਾਰਾਂ ਵੀ ਬਣਾਈਆਂ ਅਤੇ ਆਪਣੀਆਂ ਸਰਕਾਰਾਂ ਵੀ ਬਣਾਈਆਂ, ਠੀਕ ਹੈ। ਉਹਨਾਂ ਨੇ ਵੀ ਇੱਕ ਨਵਾਂ ਕੰਮ ਕੀਤਾ, ਲੇਕਿਨ ਉਹ ਇੰਨੀ ਛੇਤੀ ਫਟੇ ਨਹੀਂ। ਆਪ ਪਾਰਟੀ ਜਿਹੜੀ ਆਈ ਆ, ਇਹ ਬੜੀ ਉਮੀਦ ਨਾਲ ਆਈ ਸੀ, ਬੜੇ ਨਵੇਂ ਸੋਚ ਲੈ ਕੇ ਆਈ ਸੀ। ਲੋਕਾਂ ਨੇ ਦਿੱਲੀ ਦਿਆਂ ਨੇ ਤਾਂ ਕਮਾਲ ਹੀ ਕਰਤੀ ਵੀ 17-64 ਸੀਟਾਂ ਦੇ ਕੇ, ਬਹੁਤ ਵੱਡੀ ਗੱਲ ਸੀ। ਉਹਨਾਂ ਨੇ ਆਪ ਪਾਰਟੀ ਦੀ ਸੋਚ ਨੂੰ ਬਿਲਕੁਲ 100% ਮੋਹਰ ਲਾਈ, ਲੇਕਿਨ ਇਹਦੇ ਜਿਹੜੇ ਆਪਣੇ ਨੇਤਾ ਸੀਗੇ, ਆਪਣੇ ਆਗੂ, ਆਪਣੇ ਕਾਰਕੁਨ, ਉਹ ਜਿਹੜੇ ਅੱਗੇ ਲੱਗੇ ਹੋਏ ਆ, ਉਹਨਾਂ ਨੇ ਬੇੜਾ ਬਿਠਾ ਦਿੱਤਾ ਪਾਰਟੀ ਦਾ, ਔਰ ਇਹਦਾ ਇਹਨਾਂ ਨੂੰ ਬਹੁਤ ਨੁਕਸਾਨ ਹੋਣਾ। ਔਰ ਇਹ ਮੈਂ ਸਮਝਦਾ ਵੀ ਇਹ ਦੇਸ਼ ਨਾਲ ਵੀ ਬਹੁਤ ਵੱਡਾ ਧਰੋਹ ਆ ਕਿ ਤੁਸੀਂ ਲੋਕਾਂ ਅੱਗੇ ਸੁਪਨੇ ਲਟਕਾ ਕੇ ਆਪਸ ਵਿੱਚ ਲੜਕੇ ਤੁਰ ਰਹੇ ਹੋ। ਓਕੇ 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 ਪ੍ਰੋਫੈਸਰ ਮਨਜੀਤ ਸਿੰਘ ਜੀ, ਜਿੱਦਾਂ ਪੈਨਲ ਦੇ ਉੱਤੇ ਸਾਡੇ ਡਿਸਕਸ਼ਨ 'ਚ ਗੱਲ ਉੱਭਰ ਕੇ ਆ, ਤੁਸੀਂ ਖੁਦ ਵੀ ਕਿਹਾ ਕਿ ਬੜੀ ਦੁੱਖ ਵਾਲੀ ਆ ਗੱਲ ਹੈ, ਈਵਨ ਗਰੇਵਾਲ ਸਾਹਿਬ ਵਿਰੋਧੀ ਪਾਰਟੀ ਹੋਣ ਦੇ ਬਾਵਜੂਦ ਇਹਨਾਂ ਨੇ ਵੀ ਗੱਲ ਕਹੀ ਹੈ ਕਿ ਡੈਮੋਕ੍ਰੇਸੀ ਨੂੰ ਢਾਹ ਲਾਉਣ ਵਾਲੀ ਗੱਲ ਹੈ। ਅਗਲੀ ਗੱਲ ਇਹ ਹੈ ਪ੍ਰੋਫੈਸਰ ਮਨਜੀਤ ਸਿੰਘ, ਇੰਨੇ ਸੀਨੀਅਰ ਲੋਕ ਪਾਰਟੀ ਦੇ ਅੰਦਰ ਤੁਹਾਡੇ ਵਰਗੇ ਦੋਸਤ ਮਿੱਤਰ ਬਹੁਤ ਉੱਥੇ ਬੈਠੇ ਸੀ, ਐਫਰਟਸ ਨਹੀਂ ਹੋਈਆਂ ਕਿ ਪਾਰਟੀ ਨੂੰ ਇਸ ਘਮਸਾਨ ਤੋਂ ਬਚਾਇਆ ਜਾਵੇ? ਨਹੀਂ ਨਹੀਂ ਨਹੀਂ, ਇਹ ਤਾਂ ਐਫਰਟਸ ਵਰਗੇ ਐਫਰਟਸ ਇੱਥੋਂ ਤੱਕ ਹੋਇਆ ਕਿ ਦੋਵਾਂ ਲੀਡਰਾਂ ਨੇ, ਜਿਨ੍ਹਾਂ ਦਾ ਤੁਸੀਂ ਪ੍ਰਸ਼ਾਂਤ ਭੂਸ਼ਣ ਦਾ ਜਗਿੰਦਰ ਯਾਦਵ ਨੇ ਕਿਹਾ ਕਿ ਜੇ ਤੁਸੀਂ ਆਹ ਸਾਡੀਆਂ 5 ਮੰਗਾਂ ਹੈ ਕਿ ਜਿਹੜੇ 5 ਜਿਹੜੀਆਂ ਬਿਲਕੁਲ ਫਾਊਂਡੇਸ਼ਨਲ ਅਸੂਲਾਂ ਨੂੰ ਸੀ, ਜੇ ਤੁਸੀਂ ਮੰਨ ਲਓ ਅਸੀਂ ਬਾਹਰ ਹੀ ਹੋ ਜਾਂਦੇ, ਸਾਨੂੰ ਕੋਈ ਲੋੜ ਨਹੀਂ ਹੈ। ਪਹਿਲੀ ਵਾਰ ਵੀ ਉਹਨਾਂ ਨੇ ਇਹੋ ਹੀ ਗੱਲ ਕਹੀ ਸੀਗੀ ਕਿ ਅਸੀਂ ਅਸਤੀਫਾ ਦੇ ਦਿੰਦੇ ਹਾਂ, ਆਪ ਅਸਤੀਫਾ ਦੇ ਦਿੰਦੇ ਹਾਂ, ਪਰ ਉੱਥੇ ਆਪ ਅਸਤੀਫਾ ਨਾ ਮਨਜ਼ੂਰ ਕਰਕੇ ਉਹਨਾਂ ਨੂੰ ਪਹਿਲੀ ਵਾਰ ਵੀ ਵੋਟਾਂ ਪਾ ਕੇ ਬਾਹਰ ਕੀਤਾ ਗਿਆ ਸੀ ਜਦੋਂ 8-11 ਵੋਟਾਂ ਗਿਣੀਆਂ। ਹਾਂਜੀ, ਮੈਨੂੰ ਇਹ ਲੱਗਦਾ ਕਿ ਕਿਤੇ ਨਾ ਕਿਤੇ ਇਹ ਇੱਕ ਪਾਰਟੀ ਓਰਿਜਿਨਲ ਜਿਹੜਾ ਮਨਸ਼ਾ ਲੈ ਕੇ ਚੱਲੀ ਸੀ, ਜਿਹੜੀ ਲੋਕਾਂ ਨੂੰ ਉਮੀਦ ਦਵਾ ਕੇ ਚੱਲੀ ਸੀ, ਉਹਦੇ ਤੋਂ ਇੱਕ ਪਾਸੇ ਹਟੀ ਹੈ। ਇੱਕ ਬੜੀ ਹੁਣ ਜਿਹੜੀ ਹੁਣ ਮੀਟਿੰਗ ਹੋ ਕੇ ਹਟੀ ਹੈ, ਸਭ ਤੋਂ ਅਫਸੋਸ ਦੀ ਗੱਲ ਹੈ, ਉਹਦੇ 'ਚ ਤੁਸੀਂ ਬਾਊਂਸਰ ਮੰਗਾਏ ਹੋਏ ਆ, ਬੰਦੇ ਨੂੰ ਕੁੱਟਿਆ ਗਿਆ ਰਮਜ਼ਾਨ ਨੂੰ, ਇੱਕ ਨੂੰ ਜਿਹੜਾ ਸੀਗਾ ਉਹਦੇ ਕੋਲ ਉਹਦਾ ਮੈਡੀਕਲ ਹੋਇਆ ਆ, ਬਾਹਰ ਬੰਦੇ ਫਿਰ 60 ਬੰਦਿਆਂ ਤੋਂ MLA ਤੋਂ ਲਿਖਾਇਆ ਗਿਆ ਜਦਕਿ ਉਹ ਕਮੇਟੀ ਦੇ ਮੈਂਬਰ ਨਹੀਂ ਹੈ, NC ਦੇ ਮੈਂਬਰ ਨਹੀਂ ਹੈ। ਉਹਨਾਂ ਨੂੰ ਅੰਦਰ ਲਿਜਾਇਆ ਗਿਆ, ਉਹਨਾਂ ਨੂੰ ਕਿਹਾ ਕਿ ਇੱਕ ਬੱਸ ਭਰ ਕੇ ਤੁਸੀਂ ਬਾਹਰ ਬੰਦੇ ਖੜੇ ਕਰੋ, ਇੱਕ ਬੱਸ ਭਰ ਕੇ ਬੰਦੇ ਬਾਹਰ ਖੜੇ ਕੀਤੇ, ਫਿਰ ਉਹਨਾਂ ਤੋਂ ਜੋਗਿੰਦਰ ਯਾਦਵ ਮੁਰਦਾਬਾਦ, ਜੋਗਿੰਦਰ ਪ੍ਰਸ਼ਾਂਤ ਭੂਸ਼ਣ ਮੁਰਦਾਬਾਦ, ਬਹੁਤ ਹੀ ਨੈਗੇਟਿਵ ਕਹਿਣਾ ਕਰਨਾ ਚਾਹੁੰਦੇ, ਕੀ ਦੱਸਣਾ ਚਾਹੁੰਦੇ ਦੁਨੀਆਂ ਨੂੰ ਕਿ ਇੰਨੇ ਤੁਸੀਂ ਇਹਨਾਂ ਬੰਦਿਆਂ ਨੂੰ ਮੁਰਦਾਬਾਦ ਕਹਿ ਕੇ ਕੀ ਪਾਉਣਾ ਚਾਹੁੰਦੇ ਆ ਤੇ ਕੀ ਗੇਨ ਕਰਨਾ ਚਾਹੁੰਦੇ? ਮਨਜੀਤ ਸਿੰਘ, ਕਈ ਅਹਿਮ ਇਸ਼ੂ ਆ ਜਿਨ੍ਹਾਂ ਦੇ ਵਿੱਚ ਇਹ ਵੀ ਗੱਲ ਆਉਂਦੀ ਕਿ ਚਾਹੇ ਜੋਗਿੰਦਰ ਯਾਦਵ ਹੈ, ਚਾਹੇ ਪ੍ਰਸ਼ਾਂਤ ਭੂਸ਼ਣ ਹੈ, ਪਾਰਟੀ ਦੇ ਅਨੁਸ਼ਾਸਨ ਦੀ ਜਦੋਂ ਗੱਲ ਕਰਦੇ ਹਾਂ ਉਹਨਾਂ ਦੇ ਵੀ ਕਈ ਐਲੀਗੇਸ਼ਨ ਲੱਗੇ ਹੈ। ਪਰ ਹੁਣ ਵਕਤ ਇੱਕ ਛੋਟੇ ਜਿਹੇ ਬ੍ਰੇਕ ਦਾ, ਅਸੀਂ ਬ੍ਰੇਕ ਤੋਂ ਬਾਅਦ ਆਪਣੇ ਮਹਿਮਾਨਾਂ ਦੇ ਨਾਲ ਇਹਨਾਂ ਮੁੱਦਿਆਂ 'ਤੇ ਚਰਚਾ ਜਾਰੀ ਰੱਖਾਂਗੇ।
ਪੰਜਾਬ ਟੀਵੀ ਤੇ ਦਰਸ਼ਕਾਂ ਦਾ ਮੁੜ ਇੱਕ ਵਾਰ ਸਵਾਗਤ ਹੈ। ਬ੍ਰੇਕ ਤੋਂ ਪਹਿਲਾਂ ਆਪਾਂ ਚਰਚਾ ਕਰ ਰਹੇ ਸੀ ਕਿ ਆਮ ਆਦਮੀ ਪਾਰਟੀ ਦੇ ਅੰਦਰ ਕਿਸ ਤਰ੍ਹਾਂ ਦਾ ਕਮਸਾਨ ਮੱਚਿਆ, ਕਿਹੜੇ ਮੁੱਦੇ ਹੈ, ਕਿਹੜੇ ਇਸ਼ੂ ਹੈ ਜਿਨ੍ਹਾਂ ਨੂੰ ਲੈ ਕੇ ਪਾਰਟੀ ਦੇ ਅੰਦਰ ਇੰਨਾ ਕ੍ਰਿਟੀਸਿਜ਼ਮ ਹੋ ਰਿਹਾ ਅਤੇ ਦੇਸ਼ ਦੇ ਲੋਕ ਉਹਨਾਂ ਦੇ ਬਾਰੇ ਕਿੱਦਾਂ ਸੋਚਦੇ ਹੈ। ਪ੍ਰੋਫੈਸਰ ਮਨਜੀਤ ਸਿੰਘ ਜੀ, ਜਿਹੜੀ ਆਪਾਂ ਬ੍ਰੇਕ ਤੋਂ ਪਹਿਲਾਂ ਚਰਚਾ ਕਰ ਰਹੇ ਸੀ ਕਿ ਦੋਨਾਂ ਆਗੂਆਂ 'ਤੇ ਖਾਸ ਤੌਰ 'ਤੇ ਐਲੀਗੇਸ਼ਨ ਲੱਗੇ ਕਿ ਉਹਨਾਂ ਨੇ ਪਾਰਟੀ ਦਾ ਅਨੁਸ਼ਾਸਨ ਭੰਗ ਕੀਤਾ, ਚਾਹੇ ਜੋਗਿੰਦਰ ਯਾਦਵ ਦੀ ਗੱਲ ਹੈ, ਚਾਹੇ ਪ੍ਰਸ਼ਾਦ ਭੂਸ਼ਣ ਦੀ ਗੱਲ ਹੈ। ਇਹ ਵੀ ਗੱਲ ਆਈ ਕਿ ਵੀ ਦਿੱਲੀ ਦੀ ਇਲੈਕਸ਼ਨ ਤੋਂ ਪਹਿਲਾਂ ਜਿੱਦਾਂ ਗਰੇਵਾਲ ਸਾਹਿਬ ਕਹਿ ਰਹੇ ਕਿ ਐਡੀ ਵੱਡੀ ਵਿਕਟਰੀ ਹੋਈ ਹੈ ਕਿ ਕੇਜਰੀਵਾਲ ਨੂੰ ਹਰਾਉਣ ਦੇ ਲਈ ਵੀ ਕੁਝ ਗੁੰਦਾਂ ਗੁੰਦੀਆਂ ਗਈਆਂ, ਇਹ ਇਸ਼ੂ ਵੀ ਬਣ ਕੇ ਆ ਰਿਹਾ, ਤੁਸੀਂ ਕੀ ਕਹੋਗੇ? ਨਹੀਂ ਨਹੀਂ, ਇਹ ਤਾਂ ਬਿਲਕੁਲ ਗਲਤ ਗੱਲ ਆ ਜੀ। ਪ੍ਰਸ਼ਾਂਤ ਭੂਸ਼ਣ ਵਰਗਾ ਬੰਦਾ ਚੈਨਲ 'ਤੇ ਆ ਕੇ ਇਹ ਕਹਿ ਦੇ ਕਿ ਇਹ ਬਿਲਕੁਲ ਝੂਠ ਆ ਅਤੇ ਲੋਕ ਉਹਨੂੰ ਮੰਨਣਗੇ ਜੀ, ਕਿਉਂਕਿ ਉਹਨਾਂ ਨੇ ਜ਼ਿੰਦਗੀ 'ਚ ਝੂਠ ਬੋਲਿਆ ਨਹੀਂ, ਹਾਲਾਂਕਿ ਦੇਵਤਾ ਕੋਈ ਨਹੀਂ ਹੈ, ਉਹਨਾਂ ਦਾ ਵਿਸ਼ਵਾਸ ਉਹਨਾਂ ਪ੍ਰਤੀ ਲੋਕਾਂ ਦਾ, ਜਨਤਾ ਦਾ, ਸਾਰੀ ਦੁਨੀਆਂ ਦੀ ਜਨਤਾ ਦਾ, ਆਪਣੇ ਦੇਸ਼ ਦਾ ਵਿਸ਼ਵਾਸ ਇਹ ਹੈ। ਮੈਂ ਵਿੱਚੋਂ ਟੋਕ ਕੇ ਤੁਹਾਨੂੰ ਕਹਿਣਾ ਚਾਹੁੰਦਾ, ਇਹ ਗੱਲ ਕਹੀ ਗਈ ਕਿ ਜਦੋਂ ਦਿੱਲੀ ਦਾ ਚੀਫ ਮਿਨਿਸਟਰ ਕੌਣ ਹੋਣਾ ਚਾਹੀਦਾ, ਨੇਤਾ ਕੌਣ ਹੋਣਾ ਚਾਹੀਦਾ, ਤਾਂ ਪਹਿਲੀ ਚੋਇਸ ਆਈ ਕਿ ਵੀ ਕਿਰਨ ਬੇਦੀ, ਦੂਜੀ ਚੋਇਸ ਆਈ ਕਿ ਕਾਂਗਰਸ ਦਾ ਨੇਤਾ, ਤੀਜੀ ਚੋਇਸ ਦੇ ਵਿੱਚ ਆਈ ਗੱਲ ਕਿ ਵੀ ਕੇਜਰੀਵਾਲ। ਇਸ ਇਸ਼ੂ ਦੇ ਉੱਤੇ ਗੱਲ ਆਈ ਵੀ ਇਹ ਇਲੈਕਸ਼ਨ ਤੋਂ ਪਹਿਲਾਂ ਇੱਕ ਏਦਾਂ ਦਾ ਮੈਸੇਜ ਪਾਰਟੀ ਵੱਲੋਂ ਜਾਣਾ, ਬਿਲਕੁਲ ਪਾਰਟੀ ਦੀ ਤੁਸੀਂ ਉਲਟਾ ਸੋਚੋ ਸਗੋਂ ਜੀ, ਕੇਜਰੀਵਾਲ ਹੋਣਾ ਨੇ, ਕਨਵੀਨਰ ਸਾਹਿਬ ਨੇ ਪਹਿਲਾਂ ਹੀ ਆਪਣੀ PAC ਤੋਂ ਇਹ ਇਜਾਜ਼ਤ ਲੈ ਲਈ ਸੀ ਕਿ ਜਿਹੜੇ ਜਿੰਨੀ ਇਲੈਕਸ਼ਨ ਹੋਊਗੀ ਉਹਦੇ 'ਚ ਕੋਈ ਕਿਸੇ ਦਾ PAC ਦਾ ਜਿਹੜਾ ਮਤਲਬ ਨਹੀਂ ਬੋਲਬਾਲਾ ਹੋਊਗਾ, ਇਹਦਾ ਫੈਸਲਾ ਮੈਂ ਕਰੂੰਗਾ। ਇਸ ਕਰਕੇ ਸਾਰੇ MLA ਤਾਂ ਹੀ ਉਹਨਾਂ ਨੇ ਫਟਾਫਟ ਦਸਖਤ ਵੀ ਕੀਤੇ, ਉਹ ਇਹਨਾਂ ਨੇ ਖੜ੍ਹੇ ਕੀਤੇ ਸੀਗੇ। ਇਸ ਕਰਕੇ ਜਿਹੜਾ ਇਹ ਕਹਿਣਾ ਕਿ ਉਹਨਾਂ ਦੀ ਕੋਈ ਇੰਟਰਫੀਰੈਂਸ ਸੀ ਉਹਦੇ 'ਚ ਨਹੀਂ ਸੀ, ਪਰ ਜੋਗਿੰਦਰ ਯਾਦਵ ਨੇ, ਮੈਂ ਉੱਥੇ ਅਸੀਂ ਵਿੱਚ ਸੀ ਇਲੈਕਸ਼ਨਾਂ ਦੇ, 60 ਤੋਂ 70 ਰੈਲੀਆਂ ਉੱਥੇ ਐਡਰੈਸ ਕੀਤੀਆਂ ਜਿਹੜੀਆਂ ਕਿ ਸੈਂਟਰਲ ਆਫਿਸ 'ਚੋਂ ਪਾਰਟੀ ਦੇ ਆਫਿਸ ਵਿੱਚ ਉਹਨਾਂ ਦੀ ਡਿਊਟੀ ਲਾਈ ਜਾਂਦੀ ਸੀ। ਜਿੱਥੋਂ ਤੱਕ ਇਹਨਾਂ ਦਾ ਸਵਾਲ ਹੈ ਸ਼ਾਂਤੀ ਭੂਸ਼ਣ ਦਾ, ਉਹ ਉਹਨਾਂ ਨੇ ਸਟੇਟਮੈਂਟ ਦੁਖੀ ਹੋ ਕੇ ਜ਼ਰੂਰ ਦਿੱਤੀ ਸੀਗੀ ਵੀ ਜਿਹੋ ਜਿਹੇ ਤੁਸੀਂ ਬੰਦਿਆਂ ਨੂੰ ਖੜ੍ਹੇ ਕਰ ਰਹੇ ਹਾਂ ਜਿਹਨਾਂ ਦਾ ਕਰੈਕਟਰ ਕਿਰਦਾਰ ਠੀਕ ਨਹੀਂ ਹੈ, ਇਹ ਪਾਰਟੀ ਦੇ ਅਸੂਲਾਂ ਦੇ ਅਗੇਂਸਟ ਹੈਗਾ, ਪਰ ਉਹ ਅਸੀਂ ਮੰਨਦੇ ਹਾਂ ਕਿ ਉਹ ਅਨਟਾਈਮਲੀ ਸੀ, ਉਹ ਨਹੀਂ ਸੀ ਕਹਿਣਾ ਚਾਹੀਦਾ, ਬਜ਼ੁਰਗ ਬੰਦੇ ਆ, ਪਰ ਉਸੇ ਨੂੰ ਉਸ ਸਟੇਟਮੈਂਟ ਨੂੰ ਉਸੇ ਵੇਲੇ ਡਿਸਓਨ ਕਰਤਾ ਪ੍ਰਸ਼ਾਂਤ ਭੂਸ਼ਣ ਨੇ, ਉਹਨਾਂ ਦੇ ਬੇਟੇ ਨੇ ਕਿਹਾ ਮੈਂ ਉਹਦੇ ਨਾਲ ਸਹਿਮਤ ਨਹੀਂ ਹੈ। ਜਿਹੜਾ ਕੇਜਰੀਵਾਲ ਸਾਹਿਬ ਦਾ ਭਾਸ਼ਣ ਹੁਣ ਆਇਆ, ਪਹਿਲਾਂ ਉਹਨਾਂ ਨੇ ਕਿਹਾ ਕਿ ਅਸੀਂ ਇਹਨੂੰ ਸਾਰਵਜਨਕ ਨਹੀਂ ਕਰਾਂਗੇ, ਅਸੀਂ ਬਾਹਰ ਨਹੀਂ, ਉਹ ਹੁਣ ਉਹਦੇ 'ਚੋਂ ਰਿਕਾਰਡਿੰਗ 'ਚੋਂ ਕੱਟਤਾ ਉਹ ਪਾਰਟ, ਅਤੇ ਉਹਦੇ ਵਿੱਚ ਉਹ ਸਾਰਾ ਉਹਨੂੰ ਰਿਲੀਜ਼ ਕੀਤਾ ਗਿਆ, ਬਾਕੀ ਸਾਰੇ ਬੰਦਿਆਂ ਦੇ ਫੋਨ ਤੱਕ ਬਾਹਰ ਰੱਖ ਲਏ ਕਿ ਕੋਈ ਅੰਦਰੋਂ ਰਿਕਾਰਡ ਨਾ ਕਰੇ, ਇੱਥੋਂ ਤੱਕ ਕਿ ਬੈਨ ਵੀ ਬਾਹਰ ਰਖਾ ਲਏ। ਇਹ ਕਿਹੜੀ ਜਦੋਂ ਜੋਗਿੰਦਰ ਯਾਦਵ ਨੂੰ ਕਿਹਾ ਕਿ ਤੇਰਾ ਅਸੀਂ ਪੈਨ ਨਹੀਂ ਅੰਦਰ ਜਾਣ ਦੇਣਾ, ਕਹਿੰਦਾ ਮੈਂ ਪੈਨ ਤੇ ਲੈ ਕੇ ਜਾਊਂਗਾ, ਉਹ ਪੈਨ ਲੈ ਕੇ ਗਿਆ, ਹਾਲਤ ਇਸ ਮੁੱਦੇ ਤੇ ਮੀਡੀਆ ਦੀ ਰਾਏ ਵੀ ਲੈਣੀ ਚਾਹਾਂਗੇ। ਜਿਹੜੀ ਸਿਚੁਏਸ਼ਨ ਬਣੀ ਹੈ ਉਹਦੇ 'ਚ ਇੱਕ ਗੱਲ ਇਹ ਵੀ ਕਿਸੇ ਵੇਲੇ ਉੱਭਰ ਕੇ ਆਈ ਕਿ ਵੀ ਕੇਜਰੀਵਾਲ ਇੱਕ ਅਹੁਦਾ, ਉਹ ਕਹਿੰਦੇ ਚਾਹੇ ਕਨਵੀਨਰ ਜਾਂ ਸੀਮ, ਇੱਕ ਅਹੁਦਾ ਰਹਿਣਾ ਚਾਹੀਦਾ ਇੱਕ ਵਿਅਕਤੀ ਦੇ ਕੋਲ। ਇਸ ਮੁੱਦੇ ਦੇ ਉੱਤੇ ਲੈ ਕੇ ਵੀ ਫਿਰ ਜਦੋਂ ਇੱਕੋ ਅਹੁਦਾ ਕੇਜਰੀਵਾਲ ਵੀ ਹੋਈ ਕਨਵੀਨਰ ਅਤੇ CM ਵੀ ਹੋਈ, ਲੱਗਦਾ ਨਹੀਂ ਦੂਜੀਆਂ ਪਾਰਟੀ ਨਾਲੋਂ ਕੀ ਵੱਖ ਹੈ? ਨਹੀਂ, ਗੱਲ ਇਹ ਹੈ ਵੀ ਜਿਹੜਾ ਪਾਰਟੀ ਦਾ ਅੰਦਰੂਨੀ ਲੋਕਤੰਤਰ ਹੈ ਜੀ, ਜੇ ਉਹਦੇ ਵਿੱਚ ਕੇਜਰੀਵਾਲ ਨੂੰ ਦੋ ਅਹੁਦੇ ਰੱਖਣ ਲਈ ਉਹ ਸਹਿਮਤੀ ਦਿੰਦਾ ਜੀ, ਉਹਨਾਂ ਦਾ ਜਿਹੜਾ ਢਾਂਚਾ ਹੈਗਾ ਓਕੇ ਅਤੇ ਉਹਦੇ 'ਚ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ, ਉਹ ਉਹਨਾਂ ਦੇ ਨਾਲ ਨੇ, ਉਹਨਾਂ ਨੇ ਕਿਹਾ ਵੀ ਦੋਏ ਅਹੁਦੇ ਉਹਨਾਂ ਕੋਲ ਰਹਿਣੇ ਚਾਹੀਦੇ ਆ। ਫਰਜ਼ ਕਰ ਲਓ ਇੱਕ ਵਾਰ ਕੇਜਰੀਵਾਲ ਨੇ ਅਖਬਾਰਾਂ 'ਚ ਔਰ ਚੈਨਲਾਂ 'ਤੇ ਗੱਲ ਆਈ ਆ, ਉਹਨਾਂ ਨੇ ਕਿਹਾ ਵੀ ਮੈਂ ਅਹੁਦਾ ਛੱਡਣ ਲਈ ਤਿਆਰ ਹੈ, ਔਫਰ ਕੀਤਾ ਲੇਕਿਨ ਉਹ ਮੰਨੇ ਨਹੀਂ ਜੀ, ਜਿਹੜੀ ਉਹਨਾਂ ਦੇ ਅੰਦਰਲੀ ਅੰਦਰੂਨੀ ਬੋਰਡ ਹੈ ਇਹਨਾਂ ਦਾ, ਉਹਦੇ ਵਿੱਚ ਵੱਧ ਵੋਟਾਂ ਕੇਜਰੀਵਾਲ ਨਾਲ ਸਨ। ਲੇਕਿਨ ਗੱਲ ਇਹ ਨਹੀਂ ਹੈ, ਗੱਲ ਮੇਨ ਇਹ ਆ ਵੀ ਜਿਹੜਾ ਇਹ ਪਾਰਟੀ ਇੱਕ ਨਵੀਂ ਸੋਚ ਲੈ ਕੇ ਆਈ ਸੀ, ਇਹ ਕਾਹਲੀ ਵਿੱਚ ਬਣੀ ਹੋਈ ਇੱਕ ਪਾਰਟੀ ਆ, ਕਾਹਲੀ ਸੋਚ 'ਚੋਂ ਨਵੀਂ ਸੋਚ, ਅਤੇ ਨਵੀਂ ਸੋਚ ਨੂੰ ਧਰਤੀ 'ਤੇ ਪੈਦਾ ਕਰਨ ਲਈ, ਸਿੰਜਣ ਲਈ ਬਹੁਤ ਸਮਾਂ ਚਾਹੀਦਾ। ਇਹਨਾਂ ਨੇ ਇੱਕਦਮ ਬਣਾਈ ਪਾਰਟੀ ਦੇ ਇੱਕਦਮ ਮੈਦਾਨ ਵਿੱਚ ਆ ਗਏ। ਲੋਕ ਸਭਾ ਦੀਆਂ ਚੋਣਾਂ ਲੜਨਾ ਇਹਨਾਂ ਦੀ ਬਹੁਤ ਵੱਡੀ ਗਲਤੀ ਸੀ, ਠੀਕ ਹੈ, ਉਹਦੇ ਵਿੱਚ ਮਾਰ ਖਾਧੀ, ਉਹਦੇ ਨਾਲ ਲੋਕਾਂ ਦੇ ਹੌਸਲੇ ਟੁੱਟੇ, ਲੇਕਿਨ ਦਿੱਲੀ ਵਾਲਿਆਂ ਨੇ ਫਿਰ ਇਹਨਾਂ ਦਾ ਹੌਸਲਾ ਵਧਾਇਆ, ਫਤਵਾ ਹੱਕ ਦਿੱਤਾ। ਇੱਕ ਮਿੰਟ ਸੁਣਿਓ, ਜਦੋਂ ਹੱਕ ਦਿੱਤਾ ਤੇ ਉੱਥੇ ਦੇ ਲੀਡਰਾਂ ਨੂੰ ਫਿਰ ਚਾਹੀਦਾ ਸੀਗਾ ਭਾਈ ਨਵੀਂ ਸੋਚ ਲੋਕਾਂ ਕੋਲ ਹੈ, ਨਵੀਂ ਸੋਚ ਸਾਡੇ ਕੋਲ ਨਹੀਂ ਹੈ, ਅਸੀਂ ਤਾਂ ਨਵੀਂ ਸੋਚ ਦਾ ਲਾਊਡ ਸਪੀਕਰ ਵਜਾ ਰਹੇ ਹਾਂ। ਸਾਨੂੰ ਇਹਨਾਂ ਨੇ ਦਿੱਤਾ ਤਾਂ ਅਸੀਂ ਇਹਨਾਂ ਨੂੰ ਹੁਣ ਡਰਾਮਾ ਕਰਦੇ ਨੇ, ਹਰ ਚੀਜ਼ ਜੀ ਲੋਕਾਂ ਨੂੰ ਪੁੱਛ ਕੇ ਕਰਾਂਗੇ, ਬਜਟ ਪੇਸ਼ ਕਰਾਂਗੇ ਲੋਕਾਂ ਨੂੰ ਪੁੱਛ ਕੇ ਕਰਾਂਗੇ, ਬਈ ਪੁੱਛਦੇ ਤੁਸੀਂ ਕਿੱਥੇ ਆ? ਅੱਜ ਪ੍ਰੋਫੈਸਰ ਮਨਜੀਤ ਸਿੰਘ ਹੋਣਾ ਨੇ ਜੋ ਦੱਸਿਆ, ਇਹਦਾ ਮਤਲਬ ਤਾਂ ਲੋਕਤੰਤਰ ਅੰਦਰ ਤਹਿਸ ਨਹਿਸ ਹੈ ਜੀ। ਆਪਾਂ ਗਰੇਵਾਲ ਸਾਹਿਬ ਨੂੰ, ਗਰੇਵਾਲ ਸਾਹਿਬ ਲੱਗਦਾ ਨਹੀਂ ਕਿ ਦਿੱਲੀ 'ਚ ਜਿੱਦਾਂ
ਤੁਹਾਡੀ ਪਾਰਟੀ ਦੇ ਖਿਲਾਫ ਇਲੈਕਸ਼ਨ ਲੜੀ, ਤੁਸੀਂ ਬੜਾ ਡੈਮੋਕ੍ਰੈਟਿਕ ਵੇ ਨਾਲ ਤੁਸੀਂ ਕਹਿ ਕੇ ਕੋਈ ਵੀ ਪਾਰਟੀ ਇੱਦਾਂ ਨਹੀਂ ਟੁੱਟਣੀ ਚਾਹੀਦੀ, ਪਰ ਲੱਗਦਾ ਨਹੀਂ ਕਿ ਜੋ ਚਿਹਰਾ ਮੁਹਰਾ ਉੱਭਰ ਕੇ ਹੁਣ ਸਾਹਮਣੇ ਆ ਰਿਹਾ, ਇਹ ਤਾਂ ਦਿੱਲੀ ਦੇ ਵੋਟਰਾਂ ਨਾਲ ਹੀ ਠੱਗੀ ਵਾਲੀ ਗੱਲ ਹੈ। ਬਿਲਕੁਲ ਹੈ ਜੀ, ਪਾਰਟੀ ਦੇ ਜਿਹੜੇ ਵਰਕਰ ਨੇ ਇਹਨਾਂ ਦੇ ਪੂਰੇ ਦੇਸ਼ ਦੇ ਅੰਦਰ, ਉਹਨਾਂ ਨਾਲ ਵੀ ਧੋਖਾ ਹੈਗਾ। ਔਰ ਦੂਸਰਾ ਕੀ ਹੈ ਕਿ ਦੇਸ਼ ਦੇ ਲੋਕਾਂ ਨੂੰ ਵੀ ਇੱਕ ਡੈਮੋਕ੍ਰੇਸੀ ਜਿਹੜੀ ਨਵੀਂ ਸੇਧ ਮਿਲ ਰਹੀ ਸੀ, ਉਹਦੇ ਤੋਂ ਉਹਨਾਂ ਲੋਕਾਂ ਨੂੰ ਵੀ ਨਿਰਾਸ਼ਾ ਹੋ ਜਾਣੀ ਹੈ ਕਿ ਵੀ ਇਹ ਤਾਂ ਵੈਸੇ ਹੀ ਗੱਲਾਂ ਬਾਤਾਂ ਸੀ ਜਿੱਥੇ ਨਿਰਸਵਾਰਥ ਗੱਲ ਹੁੰਦੀ ਹੈ, ਉੱਥੇ ਇਸ ਤਰ੍ਹਾਂ ਦੀ ਗੱਲ ਨਹੀਂ ਹੁੰਦੀ ਕਿ ਮੈਂ ਲਾਤ ਮਾਰ ਕੇ ਨਿਕਾਲ ਦੂੰਗਾ, ਮੈਂ 67 MLA ਕੇ ਅਲੱਗ ਹੋ ਜਾਊਂਗਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ, ਇਹ ਡੈਮੋਕ੍ਰੇਸੀ ਲਈ ਅੱਛੀ ਸਵੱਸਥ ਸੋਚ ਨਹੀਂ ਹੈ, ਨਾ ਉਸ ਦਲ ਲਈ ਆ, ਨਾ ਡੈਮੋਕ੍ਰੇਸੀ ਲਈ ਆ। ਦੂਜੀਆਂ ਪਾਰਟੀਆਂ ਦੀ ਅਸੀਂ ਆਲੋਚਨਾ ਕਰੀਏ, ਦੂਜੀਆਂ ਪਾਰਟੀਆਂ ਦਾ ਅਸੀਂ ਰਾਮਲੀਲਾ ਗਰਾਊਂਡ 'ਚ ਬੈਠ ਕੇ ਜਲੂਸ ਕੱਢੀਏ, ਔਰ ਉਹਨਾਂ ਲੀਡਰਾਂ ਦਾ ਜਿਹੜੇ ਸਥਾਪਿਤ ਹੋਏ ਹੋਏ ਲੀਡਰ ਨੇ ਦੇਸ਼ ਦੇ ਪੋਲੀਟੀਕਲ ਐਸਟੈਬਲਿਸ਼ਮੈਂਟ, ਔਰ ਉਸ ਤੋਂ ਬਾਅਦ ਅਸੀਂ ਜਦੋਂ ਸਾਹਮਣੇ ਆਈਏ, ਜਦੋਂ ਸਾਡਾ ਮੌਕਾ ਮਾਮੂਲੀ ਜਨਤਾ ਦੇ ਦੇ, ਅਤੇ ਉਸ ਤੋਂ ਬਾਅਦ ਅਸੀਂ ਬਿਲਕੁਲ ਹੀ ਚੀਰ ਫਾੜ ਕਰ ਦਈਏ, ਅਤੇ ਉਹ ਜਿਹੜਾ ਤਰੀਕਾ ਹੈਗਾ ਉਹ ਮੈਂ ਸਮਝਦਾ ਕਿ ਇਹ ਕੇਜਰੀਵਾਲ ਲਈ ਵੀ ਅੱਗੇ ਚੱਲ ਕੇ ਅੱਛੀ ਗੱਲ ਨਹੀਂ ਰਹਿਣੀ, ਲੋਕਾਂ ਦਾ ਵਿਸ਼ਵਾਸ ਉੱਠ ਜਾਣਾ। ਔਰ ਦਿੱਲੀ ਦਾ ਵਿਕਾਸ, ਆਮ ਆਦਮੀ ਪਾਰਟੀ ਦਾ ਕੀ ਸੀ ਕਿ ਦਿੱਲੀ ਮਾਡਲ ਅਸੀਂ ਪੂਰੇ ਦੇਸ਼ ਨੂੰ ਦੇਵਾਂਗੇ, ਔਰ ਉਸ 'ਤੇ ਅਸੀਂ ਦੇਸ਼ ਭਰ 'ਚ ਜਾਵਾਂਗੇ। ਅੱਜ ਦਿੱਲੀ ਦਾ ਮਾਡਲ ਕੀ ਦੇਣਗੇ, ਦਿੱਲੀ ਦੀਆਂ ਸੜਕਾਂ 'ਤੇ ਕੂੜਾ ਪਿਆ। ਮੈਂ ਪਾਰਲੀਮੈਂਟ ਦੀ ਇਲੈਕਸ਼ਨ 'ਚ ਕੇਜਰੀਵਾਲ ਸਾਹਿਬ ਨਾਲ ਲੰਚ ਟਾਈਮ 'ਤੇ ਮਿਲਿਆ, ਮੈਂ ਉਹਨਾਂ ਨੂੰ ਇੱਕ ਨਿੱਕੀ ਜਿਹੀ ਗੱਲ ਕਹੀ ਸੀ। ਮੈਂ ਕਿਹਾ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਦੇਵਤਾ ਮੰਨ ਲਿਆ, ਪਰ ਤੁਸੀਂ ਹੈ ਤਾਂ ਇਨਸਾਨ ਹੀ, ਇਹ ਜਿਹੜੀ ਉਹਨਾਂ ਨੇ ਤੁਹਾਡੇ 'ਤੇ ਵਿਸ਼ਵਾਸ ਕੀਤਾ, ਇਹਨੂੰ ਅਪਹੋਲਡ ਕਰਿਓ, ਇਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰਿਓ। ਹੁਣ ਐਡਾ ਵੱਡਾ ਰੁਤਬਾ ਜਿਹੜਾ ਲੋਕਾਂ ਨੇ ਉਹਨਾਂ ਨੂੰ ਸਤਿਕਾਰ ਮਾਣ ਦਿੱਤਾ, ਤੁਸੀਂ ਇਹ ਜਿਹੜੀ ਉੱਥੇ ਮਤਲਬ ਉਹਨਾਂ ਨੇ ਗੱਲ ਕਹੀ ਕਿ ਜਾਂ ਤਾਂ ਇਹ ਰਹਿਣਗੇ ਜਾਂ ਮੈਂ ਰਹੂੰਗਾ, ਤੁਸੀਂ ਅੰਦਰਲੀ ਇਨਕੁਆਇਰੀ ਕਰਾ ਦਿਓ, ਤੁਹਾਡੇ ਤੁਸੀਂ ਬੰਦਿਆਂ ਦੀ ਕੋਈ ਇਨਕੁਆਇਰੀ ਕਮੇਟੀ ਬਣਾ ਦਿਓ ਵੀ ਇਹ ਬੰਦੇ ਕਿੱਥੋਂ ਕਿਤੋਂ ਗਲਤੀ, ਆਪਣੀ ਆਪਣੀ ਗਲਤੀ ਮੰਨ ਲਓ। ਬੰਦਿਆਂ ਨੂੰ ਇਸ ਤਰੀਕੇ ਨਾਲ ਬਾਹਰ ਕਰਨਾ ਕਿ ਬੇਇੱਜ਼ਤ ਕਰਕੇ ਬਾਹਰ ਕਰਨਾ, ਮੈਨੂੰ ਲੱਗਦਾ ਆ ਕਿ ਇੱਕ ਬੰਦੇ ਸਾਡੇ ਕਿਸੇ ਕਿਸਮ ਦਾ ਆਪਣੇ ਵੀ ਕਰੈਕਟਰ ਦੇ ਉੱਤੇ, ਸਾਡੀ ਸੋਚ ਦੇ ਉੱਤੇ ਇੱਕ ਸਵਾਲੀਆ ਚਿੰਨ੍ਹ ਲਾਉਂਦਾ ਆ। ਮੈਨੂੰ ਇਹ ਲੱਗਦਾ ਕਿ ਉਹਨਾਂ ਨੂੰ ਇਹਨਾਂ ਦਾ ਤਾਂ ਛੱਡੋ, ਇਸ ਪਾਰਟੀ ਦਾ ਜਿਹਨਾਂ ਲੋਕਾਂ ਨੇ ਇੰਨੇ ਲੱਖਾਂ ਲੋਕ ਜੁੜੇ ਔਰ ਜਿਹੜੀ ਉਮੀਦ ਬਣ ਕੇ ਆ, ਇਹ ਜਿਹੜਾ ਕੇਜਰੀਵਾਲ ਨੂੰ ਇਹਨੂੰ ਇੱਕ CEO ਦੀ ਤਰ੍ਹਾਂ ਨਹੀਂ ਬਿਹੇਵ ਕਰਨਾ ਚਾਹੀਦਾ। CEO ਦੀ ਗੱਲ ਕਰਦਾ, ਤੁਸੀਂ ਮੈਂ ਇਹ ਵੀ ਕਹਾਂਗਾ ਕਿ ਕਈ ਗੱਲ ਬੜੀ ਉੱਭਰ ਕੇ ਆ ਰਹੀ ਹੈ ਕਿ ਜਿਹੜੀਆਂ ਕਿ ਦੂਜੀਆਂ ਪਾਰਟੀਆਂ 'ਚ ਵੀ ਸ਼ਾਇਦ ਇਹਨਾਂ ਨਹੀਂ, ਇਹ ਡਿਕਟੇਟਰਾਂ ਨਾਲ ਜਿਹੜੀ ਅਪਰੋਚ ਹੈ ਕੇਜਰੀਵਾਲ ਦੀ, ਲੱਗਦਾ ਨਹੀਂ ਕਿ ਵੀ ਜੋ ਕੇਜਰੀਵਾਲ ਕਹੇ ਉਹੀ ਸਹੀ। ਉਹਨਾਂ ਨੇ ਕਹਿ ਤਾ ਵੀਡੀਓ ਦੇ ਵਿੱਚ ਵੀ ਜਾਂ ਤਾਂ ਮੈਂ ਰਹੂੰਗਾ ਜਾਂ ਇਹ ਰਹਿਣ ਕਿ ਉਹਨਾਂ ਨੇ ਵੀਡੀਓ 'ਚ ਕਿਹਾ, ਪਹਿਲਾਂ ਉਹਨਾਂ ਨੇ ਕਿਹਾ ਕਿ ਮੈਂ ਇਹ ਪਾਰਟੀ ਛੱਡ ਦਿੰਦਾ, ਇਹ ਚਲਾ ਲੈਣ, ਫਿਰ ਉਹਨਾਂ ਨੇ ਉਸੇ ਵੀਡੀਓ 'ਚ ਨਾਲ ਅਗਲੇ ਸੈਂਟੈਂਸ 'ਚ ਕਹਿ ਦਿੱਤਾ ਕਿ ਮੈਂ ਜਾਂ ਮੈਂ ਰਹੂੰਗਾ ਜਾਂ ਇਹ ਰਹਿਣਗੇ। ਇਸ ਕਿਸਮ ਨਾਲ ਪੋਲੀਟਿਕਸ 'ਚ ਨਹੀਂ ਹੁੰਦਾ, ਤੁਸੀਂ ਹੂ ਇਜ਼ ਮੈਂ ਔਰ ਤੂੰ ਤਾਂ ਹੈ ਹੀ ਨਹੀਂ ਪਾਰਟੀ 'ਚ, ਉਹ ਲੋਕ ਆ ਜਿਹੜੇ ਲੱਖਾਂ ਲੋਕ ਕਰੋੜਾਂ ਲੋਕ ਜਿਹਨਾਂ ਨੂੰ ਅਸੀਂ ਰੀਪ੍ਰਜੈਂਟ ਕਰਦੇ, ਉਹਨਾਂ ਦੀ ਆਵਾਜ਼, ਉਹਨਾਂ ਦੇ ਦਰਦ ਦਾ, ਉਹਨਾਂ ਦੀਆਂ ਉਮੀਦਾਂ ਦਾ ਖਿਆਲ ਰੱਖ ਕੇ, ਮੈਂ ਤੂੰ ਤਾਂ ਹੈ ਹੀ ਨਹੀਂ, ਮੈਂ ਮਾਰਨ ਲਈ ਤਾਂ ਆਮ ਆਦਮੀ ਬਣਾਈ ਆ ਅਸੀਂ, ਪਰ ਇੱਥੇ ਮੈਨੂੰ ਲੱਗਾ ਕਿ ਉਹਨਾਂ ਦੀ ਕਿਤੇ ਮੈਂ ਜਿਹੜੀ ਆ ਉਹ ਭਾਰੂ ਹੋ ਗਈ ਆਪ 'ਤੇ। ਜੀ ਜੀ ਪ੍ਰੋਫੈਸਰ, ਜਿੱਦਾਂ ਇਹਨਾਂ ਨੇ ਗੱਲ ਕੀਤੀ ਹੈ, ਪ੍ਰੋਫੈਸਰ ਰਣਜੀਤ ਸਿੰਘ ਨੇ ਇਹ ਗੱਲ ਬਿਲਕੁਲ ਸਹੀ ਹੈ ਕਿ ਇਹਨਾਂ ਨੇ ਖੁੱਲ੍ਹੇ ਤੌਰ 'ਤੇ ਗੱਲ ਐਡਮਿਟ ਕੀਤੀ ਹੈ ਕਿ ਕੇਜਰੀਵਾਲ ਦੇ ਅੰਦਰ ਕਿ ਇਹੋ ਜਿਹੇ ਨੁਕਸੇ, ਇਹੋ ਜਿਹੀਆਂ ਗੱਲਾਂ ਭਾਰੂ ਹੋ ਗਈਆਂ। ਆਮ ਲੋਕਾਂ ਦੇ ਵਿੱਚ ਵੀ ਗੱਲ ਉੱਭਰ ਕੇ ਸਾਹਮਣੇ ਆ ਰਹੀ ਹੈ, ਜੋਗਿੰਦਰ ਯਾਦਵ ਅਤੇ ਪ੍ਰਸ਼ਾਦ ਭੂਸ਼ਣ ਨੇ ਵੀ ਜਿਹੜੇ ਇਸ਼ੂ ਉਠਾਏ ਉਹਨਾਂ ਦੇ 'ਚ ਵੀ ਗੱਲ, ਲੱਗਦਾ ਨਹੀਂ ਕਿ ਕੇਜਰੀਵਾਲ ਜਿਹੜਾ ਹੈਗਾ ਉਹ ਇੱਕ ਤਾਨਾਸ਼ਾਹੀ ਵਾਲੇ ਪਾਸੇ ਵੱਲ ਨੂੰ ਤੁਰਿਆ, ਔਰ ਇਹਦੇ ਨਾਲ ਦੂਜੀਆਂ ਪਾਰਟੀਆਂ ਨਾਲੋਂ ਕੀ ਵਖਰੇਵਾ ਲੈ ਕੇ ਚੱਲੇਗਾ। ਦੇਖੋ, ਹਿਟਲਰ, ਮਸੋਲੀਨੀ ਔਰ ਹੋਰ ਲੋਕ ਤਾਂ ਸੁਣੇ ਆ ਜਿਹੜੇ ਸਟਾਲਨ ਵਰਗੇ ਲੱਖਾਂ ਲੋਕਾਂ ਨੂੰ ਮਾਰ ਕੇ ਰਾਜ ਕਰਦੇ ਰਹੇ, ਉਹ ਤਾਨਾਸ਼ਾਹ ਤਾਂ ਸੁਣੇ ਆ। ਲੋਕਤੰਤਰ ਦੀਆਂ ਪਾਰਟੀਆਂ 'ਚ ਤਾਨਾਸ਼ਾਹ ਹੋਣ, ਇਹ ਤਾਂ ਦੇਸ਼ ਲਈ ਘਾਤਕ ਹੈ, ਲੋਕਾਂ ਲਈ ਘਾਤਕ ਹੈ, ਨਾਲੇ ਇਹਨਾਂ ਨੇ ਤਾਂ ਅਜੇ ਕੀਤਾ ਹੀ ਕੁਝ ਨਹੀਂ। ਹਾਂ, ਨੰਬਰ 2, ਮੈਂ ਇਹ ਸਮਝਦਾ ਵੀ ਇਸ ਪਾਰਟੀ ਨੂੰ ਉਹ ਕੁਛ ਕਰਨਾ ਚਾਹੀਦਾ ਸੀਗਾ ਜਿਹੜਾ ਹਿੰਦੁਸਤਾਨ ਦੇ ਨੇਤਾਵਾਂ ਵਿੱਚੋਂ ਜਿਹੜੇ ਰਾਜਸੀ ਨੇਤਾ ਉਹਨਾਂ 'ਚੋਂ ਵਿਸ਼ਵਾਸ ਉੱਠ ਰਿਹਾ ਲੋਕਾਂ ਦਾ। ਉਹ ਕਹਿੰਦੇ ਨੇ ਵੀ ਇਹ ਵਾਅਦੇ ਕਰਦੇ ਨੇ, ਇਹ ਸੁਪਨੇ ਲਟਕਾਉਂਦੇ ਨੇ, ਉਮੀਦਾਂ ਪੈਦਾ ਕਰਦੇ ਨੇ, ਅਤੇ ਉਹ ਪੂਰੀਆਂ ਨਹੀਂ ਕਰਦੇ ਜੀ। ਇਹ ਭਾਜਪਾ 'ਤੇ ਵੀ ਦੋਸ਼ ਲੱਗ ਰਿਹਾ, ਕਾਂਗਰਸ 'ਤੇ ਵੀ ਲੱਗ ਰਿਹਾ, ਹੋਰ ਪਾਰਟੀਆਂ 'ਤੇ ਵੀ ਲੱਗ ਰਿਹਾ, ਕਾਮਰੇਡਾਂ 'ਤੇ ਵੀ ਲੱਗ ਰਿਹਾ। ਬਹੁਤ ਜ਼ਬਰਦਸਤ ਬੜੀਆਂ ਉਮੀਦਾਂ ਲੈ ਕੇ ਆਏ ਸੀਗੇ ਲੇਕਿਨ ਲੋਕਾਂ ਨੇ ਕੁਛ ਨਹੀਂ ਕੀਤਾ। ਇਹ ਨਹੀਂ ਮਈ ਇਸ ਪਾਰਟੀ ਨੂੰ ਤਾਂ ਇਹ ਚਾਹੀਦਾ ਸੀਗਾ ਵੀ ਉਹ ਜਿਹੜਾ ਟੁੱਟ ਰਿਹਾ ਵਿਸ਼ਵਾਸ ਹੈ ਨਾ, ਤਿੜਕ ਰਿਹਾ ਵਿਸ਼ਵਾਸ ਹੈ, ਉਹਨੂੰ ਮੁੜ ਕੇ ਕਾਇਮ ਕਰਦੇ, ਉਹਨੂੰ ਬਹਾਲ ਕਰਦੇ, ਤਾਂ ਲੋਕ ਇਸ ਪਾਰਟੀ ਨਾਲ ਵੀ ਜੁੜਦੇ ਦੇਸ਼ ਭਰ 'ਚ, ਅਤੇ ਉਹਨਾਂ ਦਾ ਉਹਨਾਂ ਨੇਤਾਵਾਂ ਪ੍ਰਤੀ ਵੀ ਜਿਹੜਾ ਵਿਸ਼ਵਾਸ ਟੁੱਟ ਰਿਹਾ ਸੀਗਾ ਉਹ ਮੁੜ ਬਹਾਲ ਹੁੰਦਾ। ਪਰ ਇਸ ਪਾਰਟੀ ਉਹੀ ਕੁਛ ਕਰ ਰਹੀ ਆ ਜੋ ਦੂਜੀਆਂ ਪਾਰਟੀਆਂ ਕਰ ਰਹੀਆਂ, ਉਹ ਇਹ ਜਿਵੇਂ ਇੱਥੇ ਦਾ ਰੋਕ ਲਿਆ, ਮੇਰਾ ਖਿਆਲ ਪੰਜਾਬ ਵਾਲਿਆਂ ਨੇ ਰੌਲਾ ਪਾ ਕੇ ਰੋਕ ਲਿਆ, ਫਰਜ਼ ਕਰ ਲਓ ਉਹ ਕੀ ਖਹਿਰਾ ਆ, ਉਹ ਉਹਦੇ ਵਿੱਚ ਚਲੇ ਜਾਂਦਾ ਆ ਪਾਰਟੀ ਹੈ ਜੀ, ਸੁਖਪਾਲ ਖਹਿਰਾ। ਹਾਂ, ਸੁਖਪਾਲ ਖਹਿਰਾ, ਉਹ ਜੇ ਇਸ ਪਾਰਟੀ ਚਲਾ ਜਾਏ, ਪਰਸੋਂ ਨੂੰ ਜਗਮੀਤ ਬਰਾੜ ਚਲਾ ਜਾਏ ਜਾਂ ਕੋਈ ਹੋਰ ਚਲਾ ਜਾਏ,
ਤੇ ਪਾਰਟੀ 'ਚ ਤਾਂ ਫਿਰ ਉਹੀ ਗੰਦੀਆਂ ਮੱਛਾਂ ਦੂਜੀਆਂ ਪਾਰਟੀਆਂ ਇਸ ਪਾਰਟੀ 'ਚ ਨਵੀਂ ਸੋਚ ਦੇ ਨਵੇਂ ਬੰਦੇ ਚਾਹੀਦੇ ਨਵੇਂ ਬੰਦੇ ਹੋਣਗੇ ਸਾਨੂੰ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਅਸੀਂ ਆਪਣੇ ਮਹਿਮਾਨਾਂ ਦੇ ਨਾਲ ਜਿਸ ਮੁੱਦੇ ਨੂੰ ਲੈ ਕੇ ਚਰਚਾ ਕੀਤੀ ਉਹਦੇ 'ਚ ਇੱਕ ਗੱਲ ਬੜੀ ਉੱਭਰ ਕੇ ਸਾਹਮਣੇ ਆਈ ਹੈ ਕਿ ਆਮ ਆਦਮੀ ਪਾਰਟੀ ਦੇ ਅੰਦਰ ਜੋ ਘਮਸਾਨ ਮੱਚਿਆ ਉਸ ਨੂੰ ਲੈ ਕੇ ਆਮ ਲੋਕਾਂ ਨੂੰ ਬਹੁਤ ਜ਼ਿਆਦਾ ਨਿਰਾਸ਼ਤਾ ਹੋਈ ਹੈ। ਇਹ ਠੀਕ ਹੈ ਕਿ ਦੇਸ਼ ਦੀਆਂ ਰਾਜਸੀ ਪਾਰਟੀਆਂ 'ਚ ਰਾਜਸੀ ਤੌਰ 'ਤੇ ਖਿੱਚ ਤੂੰ ਇੱਕ ਆਮ ਵਰਤਾਰਾ ਹੈ, ਪਰ ਆਮ ਆਦਮੀ ਪਾਰਟੀ ਨੂੰ ਦੇਸ਼ ਦੇ ਲੱਖਾਂ ਲੋਕਾਂ ਨੇ ਇੱਕ ਨਵੀਂ ਆਸ ਦੀ ਕਿਰਨ ਵਜੋਂ ਦੇਖਿਆ ਸੀ। ਅੱਜ ਵੀ ਉਹਨਾਂ ਦੇ ਲੱਖਾਂ ਜਾਂ ਹਜ਼ਾਰਾਂ ਸਮਰਥਕ ਇਹੋ ਜਿਹੇ ਹੈ ਜਿਹੜੇ ਪ੍ਰੋਫੈਸਰ ਮਨਜੀਤ ਸਿੰਘ ਦੀ ਤਰ੍ਹਾਂ ਇਸ ਗੱਲ ਦੀ ਉਮੀਦ ਕਰਦੇ ਆ ਕਿ ਇਸ ਘਮਸਾਨ 'ਤੇ ਕਾਬੂ ਪਾ ਲਿਆ ਜਾਏਗਾ, ਨਹੀਂ ਤਾਂ ਇਹਨਾਂ ਲੋਕਾਂ ਨਾਲ ਇਹੋ ਜਿਹਾ ਵਰਤਾਰਾ ਹੋਏਗਾ ਜਿਵੇਂ ਕਿਸੇ ਕਸਬੇ ਦੇ ਬੱਸ ਸਟੈਂਡ 'ਤੇ ਖੜ੍ਹੇ ਲੋਕਾਂ ਦੀ ਆਖਰੀ ਬੱਸ ਮਿਸ ਹੋ ਜਾਏ ਤਾਂ ਉਹਨਾਂ ਨੂੰ ਟੁੱਟੇ ਜਿਹੇ ਪਲੇਟਫਾਰਮ 'ਤੇ ਇਸ ਗੱਲ ਲਈ ਇੰਤਜ਼ਾਰ ਕਰਨੀ ਪਈ ਕਿ ਸੁਬਹ ਦਾ ਸੂਰਜ ਜ਼ਰੂਰ ਹੋਏਗਾ। ਮੈਂ ਆਪਣੇ ਦਰਸ਼ਕਾਂ ਨੂੰ ਵੀ ਕਹਾਂਗਾ ਕਿ ਇਸ ਸਥਿਤੀ ਤੋਂ ਨਿਰਾਸ਼ ਹੋਣ ਦੀ ਲੋੜ ਨਹੀਂ। ਇੱਕ ਕਵੀ ਨੇ ਬਹੁਤ ਖੂਬਸੂਰਤ ਸਤਰਾਂ ਲਿਖੀਆਂ ਕਿ ਉਹ ਸੁਬਹ ਕਵੀ ਤੋਂ ਆਏਗੀ। ਇਹਨਾਂ ਸਤਰਾਂ ਦੇ ਨਾਲ ਹੀ ਮੈਂ ਆਪਣੇ ਮਹਿਮਾਨਾਂ ਦਾ ਧੰਨਵਾਦੀ ਹਾਂ ਔਰ ਸਾਡੇ ਦਰਸ਼ਕਾਂ ਲਈ ਰਾਇ ਦੇਣ ਲਈ ਪ੍ਰੋਗਰਾਮ ਦਾ ਪਤਾ ਹੈ ਜਗਤਾਰ ਸਿੱਧੂ @ globalpunjabtv.com। ਧੰਨਵਾਦ।